ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਗੁਰ ਪਰਮੇਸ਼ੁਰ ਪੂਜੀਐ ਮਨ ਤਨ ਲਾਏ ਪਿਆਰ। ਦੁਨੀਆ ਦੇ ਵਿੱਚ ਗੁਰੂ ਨੂੰ ਵੇਖਣ ਲਈ ਤਿੰਨ ਤਰ੍ਹਾਂ ਦਾ ਜੀਵ ਦੇ ਅੰਦਰ ਨਿਸ਼ਚੇ ਆਉਂਦਾ ਹੈ, ਵਿਸ਼ਵਾਸ ਆਉਂਦਾ ਹੈ। ਕੋਈ ਆਪਣੇ ਗੁਰੂ ਨੂੰ ਆਮ ਬੰਦਾ ਸਮਝਦਾ ਕਿ ਜਿਵੇਂ ਦੇ ਅਸੀਂ ਹਾਂ ਉਵੇਂ ਦਾ ਹੀ ਸਾਡਾ ਗੁਰੂ ਹੈ, ਪਰ ਕੋਈ ਇਸ ਤੋਂ ਉੱਚੀ ਅਵਸਥਾ ਵਿੱਚ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਮੇਰਾ ਗੁਰੂ ਆਮ ਬੰਦਾ ਨਹੀਂ, ਮੇਰਾ ਗੁਰੂ ਇੱਕ ਸੰਤ ਅਵਸਥਾ ਨੂੰ ਹੈ, ਕੁਝ ਰੱਬੀ ਮਿਹਰ ਦਾ, ਕੁਝ ਰੱਬੀ ਬਖਸ਼ਿਸ਼ ਦਾ ਪਾਤਰ ਹੈ। ਪਰ ਕਈ ਐਸੇ ਹੁੰਦੇ ਹਨ ਉਹ ਕੀ ਕਹਿੰਦੇ ਨੇ, ਮੇਰਾ ਗੁਰੂ ਰੱਬ ਹੈ, ਮੇਰਾ ਗੁਰੂ ਨਿਰੰਕਾਰ ਹੈ। ਅਤੇ ਜਿਨ੍ਹਾਂ ਦੀ ਆਪਾਂ ਅੱਜ ਯਾਦ ਵਿੱਚ ਜੁੜੇ ਹਾਂ, ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਨਾਨਕਸਰ ਕਲੇਰਾਂ ਵਾਲੇ, ਉਹਨਾਂ ਡੰਕੇ ਦੀ ਚੋਟ ਨਾਲ ਦੁਨੀਆ ਦੇ ਵਿੱਚ ਜਿੰਨੇ ਵੀ ਨਾਨਕਸਰ ਦੇ ਅਸਥਾਨ ਹਨ, ਆਪ ਜੀ ਸੁਣਦੇ ਹੋਵੋਗੇ ਹਰ ਰੋਜ਼, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਇਹ ਕੀ ਹੈ? ਇੱਕ ਵਿਸ਼ਵਾਸ ਹੈ ਅੰਦਰ ਦਾ। ਨਹੀਂ ਤਾਂ ਬਹੁਤ ਲੋਕ ਅੱਜ ਸੁਣਨੂੰ ਆਉਂਦਾ ਕਿ ਗੁਰੂ ਵੀ ਇੱਕ ਆਮ ਹੈ, ਗੁਰੂ ਕੋਈ ਬਹੁਤ ਵੱਡੀ ਸਮਰੱਥਾ ਦਾ ਮਾਲਕ ਨਹੀਂ। ਪਰ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਉਸ ਗੁਰੂ ਨੂੰ ਵਿਸ਼ਵਾਸ ਨਾਲ ਜਪਿਆ, ਅੱਜ ਉਹਨਾਂ ਦਾ, ਉਹਨਾਂ ਦੀ ਸੋਭਾ, ਉਹਨਾਂ ਦਾ ਨਾਮ ਚਾਰੇ ਕੁੰਟਾਂ ਵਿੱਚ ਉਜਾਗਰ ਹੋਇਆ, ਉਹਨਾਂ ਦਾ ਜਸ ਅੱਜ ਸਾਰੀ ਦੁਨੀਆ 'ਤੇ ਹੋ ਰਿਹਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ ਕਿ ਭਾਈ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੋ ਜਾਂਦਾ ਕਿ ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਜਿਹੜੀ ਖੇਤੀ ਸੀ ਉਹ ਮੀਂਹ 'ਤੇ ਨਿਰਭਰ ਸੀ, ਮੀਂਹ ਪੈਂਦਾ ਸੀ ਕਿਸਾਨ ਆਪਣੀ ਖੇਤੀ ਕਰਦਾ ਸੀ, ਮੀਂਹ ਨਹੀਂ ਪੈਂਦਾ ਸੀ ਤਾਂ ਉਹ ਓਨੀ ਦੇਰ ਜ਼ਮੀਨ ਨੂੰ ਵਾਹ ਬੀਜ ਨਹੀਂ ਸਕਦਾ ਸੀ। ਜਿਸ ਤਰ੍ਹਾਂ ਅੱਜ ਪਾਣੀ ਦੇ ਸਾਧਨ ਹਨ, ਪੁਰਾਣੇ ਸਮਿਆਂ ਦੇ ਅੰਦਰ ਇਸ ਤਰ੍ਹਾਂ ਦੇ ਸਾਧਨ ਨਹੀਂ ਸਨ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿ ਬਚਨ ਕਰਦੇ ਨੇ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਵੇ, ਮੇਘ ਬਿਨਾਂ ਜੋ ਖੇਤੀ ਜਾਵੇ। ਪਰ ਅੱਜ ਜੇ ਆਪਣੇ ਜਿਹੜੇ ਨਵੇਂ ਵਿਚਾਰਾਂ ਵਾਲੇ ਲੋਕ ਹਨ ਉਹ ਤਾਂ ਕਹਿਣਗੇ ਫਿਰ ਇਹ ਪੰਕਤੀ ਮਹਾਰਾਜ ਦੀ ਅਸੱਤ ਹੈ, ਕਿਉਂਕਿ ਅੱਜ ਕੱਲ੍ਹ ਜੇ ਨਾ ਮੀਂਹ ਪਵੇ ਤਾਂ ਵੀ ਖੇਤੀ ਹੋ ਜਾਂਦੀ ਹੈ। ਪਰ ਜੋ ਮੀਂਹ ਦੇ ਨਾਲ ਫਸਲ ਹੁੰਦੀ ਹੈ ਉਹ ਲਾਭਦਾਇਕ ਹੁੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਨੇ ਪੁਰਾਣੇ ਸਮੇਂ ਦੀ ਉਦਾਹਰਣ ਹੈ, ਕਿਉਂਕਿ ਤਰਕਵਾਦੀ ਬੰਦਾ ਕਿਤੇ ਵੀ ਤਰਕ ਕਰ ਸਕਦਾ, ਕਿਉਂਕਿ ਤਰਕ ਤਾਂ ਹਰ ਚੀਜ਼ 'ਤੇ ਹੋ ਜਾਂਦੀ ਹੈ। ਤਰਕਵਾਦੀ ਨੂੰ ਕੋਈ ਬਹੁਤੀ ਗਿਆਨ ਦੀ ਲੋੜ ਨਹੀਂ ਹੁੰਦੀ, ਉਹਨੇ ਹਰ ਚੀਜ਼ 'ਤੇ ਤਰਕ ਕਰ ਦੇਣਾ। ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਉਦਾਹਰਣ ਦੇ ਕੇ ਸਮਝਾ ਰਹੇ ਨੇ ਕਿ ਮੀਂਹ ਤੋਂ ਬਿਨਾਂ ਖੇਤੀ ਵਿਅਰਥ ਚਲੀ ਜਾਂਦੀ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਜੀਵ ਦਾ ਜੀਵਨ ਵਿਅਰਥ ਚਲਾ ਜਾਂਦਾ। ਅੱਗੇ ਸਤਿਗੁਰੂ ਉਦਾਹਰਣ ਦਿੰਦੇ ਨੇ ਇੱਕ ਸ਼ੂਮ ਬੰਦੇ ਦੀ। ਕੋਈ ਸ਼ੂਮ ਹੁੰਦਾ, ਆਪ ਜੀ ਨੇ ਦੇਖਿਆ ਹੋਣਾ, ਪੈਸਾ ਉਹਦੇ ਕੋਲ ਬਹੁਤ ਹੁੰਦਾ ਪਰ ਉਹ ਵਰਤਦਾ ਨਹੀਂ। ਜੇ ਪਤਾ ਵੀ ਇੱਥੋਂ 5 ਰੁਪਏ ਵਿੱਚ ਬੱਸ ਦੇ ਕਿਰਾਏ 'ਤੇ ਮੈਂ ਜਾ ਸਕਦਾ, ਉਹਨੇ ਪੈਦਲ ਚਲੇ ਜਾਣਾ, ਉਹ 5 ਰੁਪਏ ਨਹੀਂ ਲਾਉਂਦਾ। ਸਤਿਗੁਰੂ ਅੱਗੇ ਇੱਕ ਸ਼ੂਮ ਦੀ ਉਦਾਹਰਨ ਦਿੰਦੇ ਨੇ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ
उस तो अगे जाके बचन करते हैं कि जेड़े परमेश्वर का नाम जपते ने उन्हां दे प्रति सतगुरु की कहिंदे ने जेड़े शरीरां दे विच उस प्रभु का नाम वस जाता है। तन तन ते जन भाव ओ शरीर जिहे घट बसियो हर नाओ नानक ताक बल बल जाओ। वो शरीर धन हन जिन्हां दे हिरदे विच उस परमेश्वर का नाम वस जाता है। बिन सिमरन दिन रहन बिरथा बिहावै मेघ बिना जो खेती जावै गोबिंद भजन बिन बिरथे सब काम ज्यों किरपण के निरार्थ दाम। धन धन ते जन ओ शरीर जिहे घट बस्यो हर नाओ केड़ा नाम उस परमेश्वर दा वाहिगुरु दा नानक ताकै बल बल जाऊं। सतगुरु कहिंदे मैं उन्हां शरीरां दे धन बलिहारे जाना धन गुरु अर्जुन साहिब महाराज जिहड़े उस नूं जपदे ने। आओ उस तों अगे विचार बाबा आनंद सिंह महाराज जीआं दा जीवन धन बाबा ईश्वर सिंह महाराज जी का जीवन महापुरख संत बाबा जी बाबा मीहां सिंह जी सियाड़ साहब वालियां दा जीवन देखो ते नाल ही धन बाबा कुंदन सिंह महाराज जी दे ओ महक दे फुल जिन्हां ने गुरु ग्रंथ साहिब महाराज दी हाजर गुरु नानक जान के सेवा कीती। संत बाबा हरभजन सिंह जी उन्हां दीआं मिठियां यादां विच अज आपां जुड़ बैठे हाँ। गुरमुखो बहुता समा नहीं महापुरख संत बाबा सेवा सिंह जी ने हाजरियां भरनियां हन। सो मैं जो शुरू दे विच विचार शुरू कीती कि बाबा आनंद सिंह महाराज जी का एक विश्वास कि मेरा गुरु निरंकार है मेरा गुरु रब है। अज बाबा जी दे घर आए हाँ ते बाबा जी दे दर तो यही दात मंगी कि ऐ गुरु नानक साड़ी झोली विच तू ये मेहर करके दात पा साडा विश्वास साडा यकीन गुरु प्रति दिनों दिन वधे घटे ना। जदों घटेगा फिर शंका पैदा होवेगा शंका बंदे नूं निशर्द करदा है। जिते शंका आ जांदा है उत्थे फिर भावना विच कमी आ जांदी है। मौजूदा समय अंदर जो श्री अकाल तख्त साहब दे जथेदार हन सिंह साहब ज्ञानी हरप्रीत सिंह जी उन्होंने एक विश्वास प्रति भरोसे प्रति यकीन प्रति एक विचार सुनाई। वो कहिंदे जदों असी तलवंडी साबो की तख्त दमदमा साहब उत्थे गुरु कांशी पढ़ते साडे प्रिंसीपल लाभ सिंह जी एक दिन सानू सुनाउन लगे कि धन गुरु गोबिंद सिंह महाराज अपने हजूरी सेवादार नूं कहन लगे कि भाई बाहर जा एक पूर्ण गुरसिख बैठा है उस नूं बुला के लैके आ। सेवादार गया बाहर जाके देखिया दो शरीर बैठे हैं ते उसने विचार मन विच कीती कि सतगुरु जी ने एक नूं बुलाया है हुण पता किवें लगे इन्हां दोवां विचों किहड़ा पूर्ण गुरसिख है। वह सेवादार वापस सतगुरु गुरु गोबिंद सिंह महाराज जी के चरणों में आया तो उसने महाराजियां नूं बेनती की पातशाह बाहर दो सेवादार बैठे हैं दो गुरसिख बैठे हैं कौन पूर्ण गुरसिख है इसका किवें पता लगे। महाराज जी कहन लगे तुसी बाहर जाके ये कहना है कि गुरु गोबिंद सिंह जी ने महाराज जी ने कहा तुसी बाहर जाके ये कहना है अंदर सूई दे नक्के विचों हाथी कढ दिता। सूई दा नक्का जिस दे विच आपां धागा पाउंदे हाँ सूई दा नक्का बहुत बरीक हुंदा उस दे विचों हाथी कढ दिता। वो सेवादार गया बाहर तो उसने जाके जो दो बैठे सन उन्हां नूं कहा बई अंदर बहुत महान कौतक होया है।
ਤਾਂ ਉਹ ਗੁਰਸਿੱਖ ਪੁੱਛਣ ਲੱਗੇ ਜੀ ਕੀ ਹੋਇਆ। ਉਹ ਸੇਵਾਦਾਰ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਦਰ ਸੂਈ ਦੇ ਨੱਕੇ ਵਿੱਚੋਂ ਹਾਥੀ ਕੱਢ ਦਿੱਤਾ। ਇੱਕ ਬੋਲਿਆ ਕਹਿਣ ਲੱਗਾ ਕਦੀ ਇਸ ਤਰ੍ਹਾਂ ਹੋਇਆ? ਸੂਈ ਦਾ ਨੱਕਾ ਤਾਂ ਬਹੁਤ ਬਰੀਕ ਹੁੰਦਾ, ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਪਰ ਦੂਸਰਾ ਕਹਿਣ ਲੱਗਾ ਹੱਥ ਜੋੜ ਕੇ ਕਿ ਗੁਰੂ ਸਮਰੱਥ ਹੈ, ਉਹ ਕੁਝ ਵੀ ਕਰ ਸਕਦਾ। ਉਹ ਹਾਥੀ ਸੂਈ ਦੇ ਨੱਕੇ ਵਿੱਚੋਂ ਕੱਢ ਸਕਦਾ। ਹਾਲਾਂਕਿ ਹਾਥੀ ਨਿਕਲਦਾ ਚਾਹੇ ਨਹੀਂ ਨਿਕਲਦਾ, ਪਰ ਇਹ ਗੁਰਾਂ ਦੀ ਇੱਕ ਪਰਖ ਹੁੰਦੀ ਹੈ, ਹਰ ਗੁਰਸਿੱਖ ਨੂੰ ਲੱਗਦੀ ਹੈ। ਇੰਨਾ ਦ੍ਰਿੜ ਵਿਸ਼ਵਾਸ ਹੋਵੇ ਆਪਦੇ ਗੁਰੂ ਪ੍ਰਤੀ, ਕਿਉਂਕਿ ਇਹ ਵਿਚਾਰ ਅੱਜ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਸੁਣਾ ਕੇ ਗੁਰਸਿੱਖਾਂ ਦੇ ਅੰਦਰ ਸ਼ੰਕੇ ਪੈਦਾ ਕੀਤੇ ਜਾਂਦੇ ਨੇ, ਅਤੇ ਇਹਨਾਂ ਵਿਚਾਰਾਂ ਨੂੰ ਸੁਣ ਕੇ ਫਿਰ ਜੀਵ ਦਾ ਮਨ ਪ੍ਰਭੂ ਦੀ ਬੰਦਗੀ ਵਿੱਚ ਨਹੀਂ ਲੱਗਦਾ। ਮਹਾਂਪੁਰਖ ਸਾਧੂ ਜਨ ਰੱਬ ਦੇ ਪਿਆਰੇ ਤਾਂ ਪੰਛੀਆਂ ਦੀ ਉਦਾਹਰਨਾਂ ਦੇ ਕੇ ਵੀ ਕਹਿੰਦੇ ਨੇ ਐ ਮਨੁੱਖ ਤੂੰ ਜਾਗ ਅਤੇ ਉਸ ਰੱਬ ਦੇ ਨਾਮ ਵਿੱਚ ਜੁੜ। ਸਾਧੂ ਜਨ ਧਾਰਨਾ ਪੜ੍ਹਦੇ ਹੁੰਦੇ ਹਨ ਕਿ ਚਿੜੀਆਂ ਚੂਕ ਪਈਆਂ ਤੈਨੂੰ ਸੁੱਤਿਆਂ ਜਾਗਣਾ ਆਈ, ਭਾਵ ਸਮਝਾਉਣ ਦਾ ਸੀ ਕਿ ਰੱਬ ਦੇ ਪਿਆਰੇ ਪੰਛੀ ਉਹ ਵੀ ਬੋਲ ਕੇ ਉੱਠ ਕੇ ਜਾਗ ਕੇ ਉਸ ਪ੍ਰਭੂ ਨੂੰ ਚੇਤੇ ਕਰਦੇ ਨੇ, ਤੂੰ ਵੀ ਜਾਗ ਅਤੇ ਉਸ ਰੱਬ ਦਾ ਨਾਮ ਜਪ। ਸੋ ਬਾਬਾ ਆਨੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਇਹ ਵਿਸ਼ਵਾਸ, ਇਹ ਭਰੋਸਾ, ਇਹ ਯਕੀਨ ਹਰ ਆਉਣ ਵਾਲੇ ਜਗਿਆਸੂ ਦੇ ਅੰਦਰ ਇਹ ਭਰਿਆ ਕਿ ਗੁਰੂ ਨਾਨਕ ਨਿਰੰਕਾਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਨਾਨਕ ਬੈਠਾ ਹੈ। ਇਸ 'ਤੇ ਭਰੋਸਾ ਰੱਖਣਾ, ਵਿਸ਼ਵਾਸ ਰੱਖਣਾ, ਯਕੀਨ ਰੱਖਣਾ, ਅਤੇ ਨਾਲ ਹੀ ਮਹਾਂਪੁਰਖ ਬਾਬਾ ਮੀਆਂ ਸਿੰਘ ਜੀ ਸਿਆੜ ਸਾਹਿਬ ਵਾਲਿਆਂ ਦੀਆਂ ਵੀ ਯਾਦਾਂ ਹਨ। ਉਹਨਾਂ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਉਦਾਹਰਨ ਕਿ ਮਹਾਂਪੁਰਖਾਂ ਦਾ ਪਰਿਵਾਰ ਕਿੰਨੀ ਸੱਚੀ ਸੁੱਚੀ ਕਿਰਤ ਕਰਨ ਵਾਲਾ ਸੀ। ਸੰਤ ਬਾਬਾ ਮੀਆਂ ਸਿੰਘ ਜੀ ਸਿਆੜ ਸਾਹਿਬ ਵਾਲਿਆਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਕੋਲੋਂ ਕੋਈ ਤਰੰਗਲੀ ਲੈ ਕੇ ਗਿਆ। ਆਪਣਾ ਜ਼ਿਮੀਂਦਾਰ ਕਿਸਾਨ ਤੂੜੀ ਲਾਉਣ ਲਈ ਤਰੰਗਲੀ ਦੀ ਵਰਤੋਂ ਕਰਦੇ ਨੇ, ਉਹ ਤਰੰਗਲੀ ਲੈ ਕੇ ਗਿਆ ਅਤੇ ਬਾਬਾ ਜੀਆਂ ਨੂੰ ਸਿਆੜ ਸਾਹਿਬ ਵਾਲਿਆਂ ਨੂੰ ਕਹਿਣ ਲੱਗੇ ਜਾ ਭਾਈ ਆਪਣੀ ਉਹ ਤਰੰਗਲੀ ਲੈ ਕੇ ਗਿਆ, ਵਾਪਸ ਲੈ ਕੇ ਆਓ। ਬਾਬਾ ਜੀ ਚਲੇ ਗਏ ਲੈਣ, ਤਰੰਗਲੀ ਲਿਆ ਕੇ ਘਰੇ ਰੱਖੀ ਅਤੇ ਬਾਬਾ ਜੀ ਦੇ ਪਿਤਾ ਜੀ ਨੇ ਤਰੰਗਲੀ ਨੂੰ ਚੰਗੀ ਤਰ੍ਹਾਂ ਦੇਖਿਆ, ਉਸ ਦੇ ਵਿੱਚ ਕੁਝ ਦਾਣੇ ਫਸੇ ਸਨ, ਕਣਕ ਦੇ ਕੁਝ ਦਾਣੇ ਉਹਦੇ ਵਿੱਚ ਫਸੇ ਸਨ। ਅਤੇ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਉਹਨਾਂ ਦੇ ਪਿਤਾ ਜੀ ਕਹਿਣ ਲੱਗੇ ਭਾਈ ਇਹ ਦਾਣੇ ਆਪਣੇ ਨਹੀਂ, ਇਹ ਦਾਣੇ ਉਹਨਾਂ ਦੇ ਨੇ ਜਿਹੜੇ ਆਪਣੀ ਤਰੰਗਲੀ ਲੈ ਕੇ ਗਏ ਸਨ, ਇਹ ਦਾਣੇ ਆਪਾਂ ਉਹਨਾਂ ਦੇ ਵਾਪਸ ਕਰਕੇ ਆਓ। ਸੋ ਵੇਖੋ ਇੰਨੇ ਜਿਸ ਸਰੀਰ ਦੇ ਪਿਤਾ ਜੀ, ਕਿਉਂਕਿ ਉਹ ਵੱਡੀਆਂ ਕਮਾਈਆਂ ਵਾਲੇ ਸਾਧੂਆਂ ਦੀਆਂ ਬਾਤਾਂ ਕਹਿਣੀਆਂ ਬਹੁਤ ਔਖੀਆਂ ਨੇ, ਕਹਿ ਦਿਆਂਗੇ ਉਹਨਾਂ ਨੇ ਇੰਨੇ ਪਾਠ ਹਰ ਰੋਜ਼ ਦਾ ਸਿਮਰਨ ਕਰਦੇ ਸਨ, ਉਹਨਾਂ ਦੀ ਤਾਂ ਅਵਸਥਾ ਐਸੀ ਸੀ ਉਹ ਗੁਰੂ ਨਾਨਕ ਸਾਹਿਬ ਨਾਲ ਅਭੇਦ ਸਨ, ਕਿਉਂਕਿ ਜਪਣ ਵਾਲਾ ਉਸ ਪ੍ਰਭੂ ਦੇ ਵਿੱਚ ਮਿਲ ਜਾਂਦਾ ਜਿਹਨੇ ਹਰ ਸਵਾਸ ਸਵਾਸ ਜਪਿਆ ਹੋਵੇ ਰੱਬ ਨੂੰ। ਬਾਬਾ ਮੀਆਂ ਸਿੰਘ ਜੀ ਸਿਆੜ ਸਾਹਿਬ ਵਾਲੇ ਦੇਖੋ, ਉਹਨਾਂ ਦੇ ਪਿਤਾ ਜੀ ਉਹਨਾਂ ਦੇ ਜੀਵਨ ਵਿੱਚ ਪੜ੍ਹ ਕੇ ਦੇਖੋ, ਸੁਣ ਕੇ ਦੇਖੋ। ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀ, ਇਹਨਾਂ ਮਹਾਂਪੁਰਖਾਂ ਨੇ ਆਪਣੇ ਮੁਰਸ਼ਦ ਬਾਬਾ ਮੀਆਂ ਸਿੰਘ ਜੀ ਸਿਆੜ ਵਾਲਿਆਂ ਨੂੰ ਅੱਖੀਂ ਤੱਕਿਆ, ਹਰ ਵੇਲੇ ਨਾਮ ਹੀ ਜਪੀ ਜਾਣਾ ਅਤੇ ਆਪਣੇ ਗੁਰੂ ਦਾ ਹੁਕਮ ਸਿਰ ਮੱਥੇ ਮੰਨਿਆ। ਜੇ ਉਹਨਾਂ ਆਖਿਆ ਭਾਈ ਤੁਸੀਂ ਸਾਨੂੰ ਕੀਰਤਨ ਸੁਣਾਉਣਾ ਹੈ ਤਾਂ ਸੱਤ ਵਜਨ ਕੀਤਾ, ਘਰ ਦੇ ਵਿੱਚ ਕੀਰਤਨ ਕਰਨਾ ਆਰੰਭ ਕੀਤਾ ਅਤੇ ਬਾਬਾ ਆਨੰਦ ਸਿੰਘ ਮਹਾਰਾਜ ਜੀ ਦਾ ਹੁਕਮ ਸੀ ਜਦੋਂ ਤੁਸੀਂ ਕੀਰਤਨ ਕਰੋਗੇ ਅਸੀਂ ਕੋਲ ਬੈਠ ਕੇ ਸੁਣਾ ਕਰਾਂਗੇ, ਇਹ ਵਚਨ ਸੀ ਬਾਬਾ ਜੀ ਦਾ ਉਹਨਾਂ ਨਾਲ। ਸੋ ਵੇਖੋ ਉਹਨਾਂ ਦੇ ਕੀਰਤਨ ਨੇ ਜੋੜੀ 'ਤੇ ਕਰਦੇ ਸਨ ਬਾਬਾ ਜੀ ਸਿਆੜ ਸਾਹਿਬ ਵਾਲੇ,
ਅਤੇ ਜਿੱਥੇ ਵੀ ਜਾਂਦੇ ਸਨ, ਇੱਕ ਵਾਰ ਕਿਸੇ ਬਾਹਰਲੇ ਦੇਸ਼ ਵਿੱਚ ਗਏ ਅਤੇ ਬਾਬਾ ਜੀ ਕਿਸੇ ਸ਼ਰਾਬਖਾਨੇ ਦੇ ਅੱਗੋਂ ਦੀ ਲੰਘੇ ਅਤੇ ਬਾਬਾ ਜੀ ਕਹਿਣ ਲੱਗੇ, ਜੇ ਗੁਰੂ ਨਾਨਕ ਦੀ ਮਿਹਰ ਹੋ ਜਾਵੇ ਇੱਥੇ ਸੋਹਣਾ ਗੁਰਦੁਆਰਾ ਬਣ ਸਕਦਾ। ਉਹ ਸਮਾਂ ਐਸਾ ਬਣਿਆ, ਬਾਬਾ ਜੀ ਉੱਥੇ ਹੀ ਸਨ ਅਤੇ ਉਹ ਜਿਨ੍ਹਾਂ ਦੀ ਜਗ੍ਹਾ ਸੀ ਉਹ ਵੇਚਣੀ ਚਾਹੁੰਦੇ ਸਨ। ਬਾਬਾ ਜੀ ਕਹਿਣ ਲੱਗੇ, ਭਾਈ ਆਪਾਂ ਜ਼ਰੂਰ ਲੈਣੀ। ਸੋ ਵੇਖੋ, ਮਹਾਂਪੁਰਖ ਮਿਹਰ ਕਰਨ ਅਤੇ ਉਹ ਉਹਨਾਂ ਥਾਵਾਂ ਨੂੰ ਵੀ ਬਦਲ ਦਿੰਦੇ ਨੇ ਜਿੱਥੇ ਅਪਰਾਧ ਹੁੰਦੇ ਨੇ, ਉਹਨਾਂ ਸਰੀਰਾਂ ਨੂੰ ਵੀ ਬਦਲ ਦਿੰਦੇ ਨੇ ਜਿਹਦੇ ਬੋਧੀ ਅੰਦਰ ਹਰ ਸਮੇਂ ਗਲਤ ਵਿਚਾਰ ਚੱਲਦੇ ਨੇ। ਐਸੇ ਸਾਧੂਆਂ ਦੀਆਂ ਵਿਚਾਰਾਂ ਦੇਣੀਆਂ ਬਹੁਤ ਔਖੀਆਂ ਨੇ ਭਾਈ। ਨਾਮ ਤੁਲ ਕੁਛ ਅਵਰ ਨਾ ਹੋਵੇ, ਨਾਮ ਤੁਲ ਕੁਛ ਅਵਰ ਨਾ ਹੋਵੇ, ਗੁਰਮੁਖ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਨਾਮ ਦੇ ਬਰਾਬਰ ਦੁਨੀਆ ਦੀ ਕੋਈ ਸ਼ੈ ਨਹੀਂ, ਪਰ ਜਿਨ੍ਹਾਂ ਸਾਧੂਆਂ ਦੇ ਆਪਾਂ ਯਾਦਾਂ ਵਿੱਚ ਜੁੜੇ ਹਾਂ ਉਹਨਾਂ ਨੇ ਹਰ ਸਮੇਂ ਨਾਮ ਹੀ ਜਪਿਆ। ਬਾਬਾ ਹਰਭਜਨ ਸਿੰਘ ਜੀ, ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਵਿੱਚ ਜਾਣਾ ਆਉਣਾ ਹਰ ਸਮੇਂ ਸੁਰਤ ਵਿੱਚ ਧਿਆਨ ਵਿੱਚ ਗੁਰੂ ਨਾਨਕ ਹੀ ਸੀ। ਹਰ ਸਮੇਂ ਗੁਰੂ ਨਾਨਕ ਦੀ ਹਾਜ਼ਰ ਜਾਣ ਕੇ ਸੇਵਾ ਕੀਤੀ ਉਹਨਾਂ ਨੇ। ਉਹਨਾਂ ਦੇ ਜਿਹੜੇ ਗੁਰ ਭਾਈ ਸਨ, ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਬੈਠੇ ਨੇ ਸਟੇਜ 'ਤੇ, ਉਹਨਾਂ ਦੇ ਚਰਨੀ ਹੱਥ ਲਾਉਂਦੇ ਸਨ ਕਿ ਇਹ ਮੇਰੇ ਗੁਰੂ ਨਾਨਕ ਦੀ ਸੇਵਾ ਕਰਦੇ ਨੇ। ਗੁਰ ਭਾਈ ਸਨ, ਜਿੰਨੇ ਵੀ ਹੁਣ ਵੀ ਕੋਈ ਸਰੀਰ ਸੇਵਾ ਕਰਦਾ ਹੈ, ਸੰਤ ਬਾਬਾ ਗੁਰਜੀਤ ਸਿੰਘ ਜੀ ਸੇਵਾ ਕਰਦੇ ਹਨ, ਬਾਬਾ ਸੇਵਾ ਸਿੰਘ ਜੀ ਉਸੇ ਤਰ੍ਹਾਂ ਹੀ ਸਤਿਕਾਰ ਦਿੰਦੇ ਨੇ, ਕਿਉਂਕਿ ਉਹ ਸੇਵਾ ਬਹੁਤ ਮਹਾਨ ਹੈ। ਸੋ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਅੱਜ ਗੁਰੂ ਨਾਨਕ ਦੇ ਘਰ ਆਏ ਹਾਂ। ਆਪ ਜੀ ਨਾਲ ਵਿਸ਼ਵਾਸ, ਭਰੋਸੇ ਅਤੇ ਯਕੀਨ ਦੀ ਵਿਚਾਰ ਸਾਂਝੀ ਕੀਤੀ ਹੈ। ਗੁਰੂ ਨਾਨਕ ਮਿਹਰ ਕਰੇ, ਸਭਨਾਂ ਨੂੰ ਇਹ ਦਾਤ ਝੋਲੀ ਪਾਵੇ, ਕਿਉਂਕਿ ਵਿਸ਼ਵਾਸ ਨਾਲ ਯਕੀਨ ਨਾਲ ਕੀਤੀ ਹੋਈ ਸੇਵਾ, ਕੀਤਾ ਹੋਇਆ ਸਿਮਰਨ, ਕੀਤਾ ਹੋਇਆ ਸਤਸੰਗ, ਹਜ਼ਾਰਾਂ ਗੁਣਾ ਉਹਦਾ ਫਲ ਵੱਧ ਜਾਂਦਾ। ਵਿਸ਼ਵਾਸ ਨਾਲ, ਭਰੋਸੇ ਨਾਲ, ਯਕੀਨ ਨਾਲ ਕੋਈ ਵੀ ਕੰਮ ਕੀਤਾ ਜਾਵੇ ਅਤੇ ਗੁਰੂ ਨਾਨਕ ਦੀ ਮਿਹਰ ਹੋਵੇ, ਉਸ ਕਾਰਜ ਵਿੱਚ ਸਫਲਤਾ ਮਿਲਦੀ ਹੈ। ਗੁਰੂ ਨਾਨਕ ਮਿਹਰ ਕਰੇ, ਆਪਣੇ ਇਹਨਾਂ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ੇ। ਮਹਾਂਪੁਰਖ ਸੰਤ ਬਾਬਾ ਅਮਰੀਕ ਸਿੰਘ ਜੀਆਂ ਨੂੰ ਦੇਹ ਅਰੋਗਤਾ ਹਰ ਤਰ੍ਹਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਆਪਣੀਆਂ ਮਿਹਰਾਂ ਵਰਤਾਉਣ, ਭੁੱਲ ਚੁੱਕਾਂ ਦੀ ਖਿਮਾ। ਸੋ ਅਗਲਾ ਸਮਾਂ ਜਿਵੇਂ ਵੀ ਮਹਾਂਪੁਰਖਾਂ ਦਾ ਹੁਕਮ ਹੋਵੇਗਾ, ਗੁਰਮੁਖ ਪਿਆਰੇ ਹਾਜ਼ਰੀਆਂ ਭਰਨਗੇ। ਸੋ ਥੋੜ੍ਹੇ ਸਮੇਂ ਅੰਦਰ ਸਾਡੇ ਨੌ ਹੋਣ ਵਾਲੇ ਹਨ। ਇਸ ਸਮੇਂ ਮਹਾਂਪੁਰਖ ਉੱਥੋਂ ਸੱਚਖੰਡ ਦੇ ਵਿੱਚੋਂ ਸੇਵਾ ਕਰਕੇ ਆਉਂਦੇ ਨੇ, ਹੁਣ ਚੱਲਣਗੇ। ਕੁਛ ਸਮੇਂ ਅੰਦਰ ਮਹਾਂਪੁਰਖਾਂ ਨੇ ਵੀ ਪਹੁੰਚ ਜਾਣਾ ਹੈ। ਆਓ ਹਰੀ ਜਸ ਵਿਚਾਰਾਂ ਸਰਵਣ ਕਰੀਏ, ਭੁੱਲ ਚੁੱਕਾਂ ਦੀ ਕੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।